ਜਿੱਥੇ ਜਿੱਥੇ ਬਾਦਲ ਅਕਾਲੀ ਉਥੇ-ਉਥੇ ਖਜ਼ਾਨਾ ਖਾਲੀ ਇਸ ਕਥਨ ਦੀ ਸ਼ਾਦੀਪਰ ਦੀਆਂ ਤਸਵੀਰਾਂ ਹੁਣ ਐਸਜੀਪੀਸੀ ਅਧੀਨ ਵਿਦਿਕ ਅਦਾਰਿਆਂ ਵਿੱਚੋਂ ਸਾਹਮਣੇ ਆਉਣ ਲੱਗੀਆਂ ਹਨ ਐਸਜੀਪੀਸੀ ਅਧੀਨ ਸਕੂਲ ਆਪਣੇ ਸਟਾਫ ਨੂੰ ਤਨਖਾਹਾਂ ਦੇਣ ਤੋਂ ਵੀ ਔਖੇ ਹਨ ਹਾਲਾਂਕਿ ਮੈਨੇਜਮੈਂਟ ਦੀ ਦਲੀਲ ਹੈ ਕਿ ਕੋਵਿਡ ਪਾਬੰਦੀਆਂ ਅਤੇ ਰਾਜ ਸਰਕਾਰ ਦੁਆਰਾ ਗ੍ਰਾਂਟ ਦੀ ਵੰਡ ਵਿੱਚ ਬੇਨਿਯਮੀਆਂ ਕਾਰਨ ਆਮਦਨੀ ਵਿੱਚ ਭਾਰੀ ਗਰਾਵਟਾਈ ਹੈ ਅਤੇ ਐਸਜੀਪੀਸੀ ਅਧੀਨ ਚੱਲ ਰਹੇ ਸਕੂਲਾਂ ਦੇ ਅਧਿਆਪਕਾਂ ਦੀਆਂ ਤਰਖਾਹਾਂ ਤੇ ਭਾਰੀ ਅਸਰ ਪਿਆ ਹੈ Okay. ਪਰ ਡੀਐਸਜੀ ਐਮਸੀ ਦੇ ਅਧੀਨ ਸਕੂਲਾਂ ਦੇ ਸਟਾਫ ਨੂੰ ਤਨਖਾਹਾਂ ਲਈ ਧਰਨੇ ਮਾਰਦਿਆਂ ਪੂਰੀ ਦੁਨੀਆ ਨੇ ਵੇਖਿਆ ਹੁਣ ਉਹੀ ਹਾਲਾਤ ਕੀ ਪੰਜਾਬ ਵਿੱਚ ਬਣਨ ਵਾਲੇ ਹਨ ਵੱਡਾ ਸਵਾਲ ਹੈ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਅਨੁਸਾਰ ਵੱਖ-ਵੱਖ ਸ਼ਹਿਰਾਂ ਵਿੱਚ ਸਥਿਤ 10 ਸੀਨੀਅਰ ਸਕੈਂਡਰੀ ਅਤੇ ਹਾਈ ਸਕੂਲਾਂ ਲਈ 95% ਗ੍ਰਾਂਟ ਇਨ ਏਡ ਦੇਣ ਦੀ ਦੇਣਦਾਰੀ ਨੂੰ ਸਾਂਝਾ ਕਰਨ ਤੋਂ ਨਾਬੜ ਸੂਬਾ ਸਰਕਾਰ ਸਿਰਫ 75% ਅਦਾ ਕਰ ਰਹੀ ਹੈ ਜਦੋਂ ਕਿ ਬਾਕੀ ਸਾਰਾ ਬੋਝ ਐਸਜੀਪੀਸੀ ਉੱਪਰ ਪਾਇਆ ਜਾ ਰਿਹਾ ਹੈ 2021 22 ਬਜਟ ਵਿੱਚ ਸ਼੍ਰੋਮਣੀ ਕਮੇਟੀ ਨੇ ਸਿੱਖਿਆ ਲਈ 223 ਕਰੋੜ ਰੁਪਏ ਅਲਾਟ ਕੀਤੇ ਹਨ ਸ਼੍ਰੋਮਣੀ ਕਮੇਟੀ ਨੇ ਆਪਣੇ 38 ਸਹਾਇਤਾ ਪ੍ਰਾਪਤ ਅਤੇ ਗੈਰ ਸਹਾਇਤਾ ਪ੍ਰਾਪਤ ਸਕੂਲਾਂ ਦੀਆਂ ਤਨਖਾਹਾਂ ਲਈ 8.96 ਕਰੋੜ ਰੁਪਏ ਰੱਖੇ ਹਨ ਮੌਜੂਦਾ ਸੈਸ਼ਨ ਦੌਰਾਨ 36 ਕਰੋੜ ਰੁਪਏ ਦੇ ਖਰਚੇ ਦਾ ਅਨੁਮਾਨ ਸਿਰਫ ਇਸ ਦੇ ਵਿਦਿਕ ਆਧਾਰਿਆਂ ਤੋਂ ਹੀ ਅਸਲ ਆਮਦਨ ਨਾਲੋਂ ਵੱਧ ਹੈ ਇਹ ਪਤਾ ਲੱਗਾ ਹੈ ਕਿ ਸਰਕਾਰ ਦੁਆਰਾ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਅਸਾਮੀਆਂ ਦੀ ਮਨਜ਼ੂਰੀ ਨਾ ਮਿਲਣ ਕਾਰਨ ਸ਼੍ਰੋਮਣੀ ਕਮੇਟੀ ਨੇ ਆਪਣੇ ਆਪ ਹੀ ਅਧਿਆਪਕਾਂ ਦੀ ਭਰਤੀ ਕੀਤੀ ਸੀ ਇਸ ਲਈ ਅਜਹੀਆਂ ਭਰਤੀਆਂ ਖਿਲਾਫ ਸਰਕਾਰ ਵੱਲੋਂ ਕੋਈ ਗ੍ਰਾਂਟ ਨਹੀਂ ਦਿੱਤੀ ਜਾ ਰਹੀ ਹੈ ਜਿਸ ਨੂੰ ਉਲਟਾਏ ਕਿਹਾ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਗ੍ਰਾਂਟ ਜਾਰੀ ਨਹੀਂ ਹੋ ਰਹੀ ਹੈ ਗਵਰਨਮੈਂਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਬਲਕਾਰ ਸਿੰਘ ਵਲਟੋਹਾ ਨੇ ਦਾਅਵਾ ਕੀਤਾ ਹੈ ਕਿ ਸਿੱਧੇ ਤੌਰ ਤੇ ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੇ ਸਕੂਲਾਂ ਦੇ ਅਧਿਆਪਕਾਂ ਨੂੰ ਉਹਨਾਂ ਦੀਆਂ ਤਰਖਾਹਾਂ ਬਕਾਇਦਾ ਨਹੀਂ ਮਿਲ ਰਹੀਆਂ ਹਨ ਬਲਕਾਰ ਸਿੰਘ ਬਲਟੋਹਾ ਦਾ ਕਹਿਣਾ ਹੈ ਕਿ ਤਰਨਤਾਰਨ ਵਿੱਚ ਤਾਂ ਅਧਿਆਪਕਾਂ ਨੂੰ ਸਤੰਬਰ 2020 ਤੋਂ ਹੁਣ ਤੱਕ ਦੀਆਂ ਤਨਖਾਹਾਂ ਨਹੀਂ ਮਿਲੀਆਂ ਅਸੀਂ ਇਹ ਮਾਮਲਾ ਲੇਬਰ ਲਾਅ ਡਿਪਾਰਟਮੈਂਟ ਕੋਲ ਚੁੱਕਣ ਦੀ ਤਿਆਰੀ ਵਿੱਚ ਹਾਂ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਆਮਦਨ ਦਾ ਮੁੱਖ ਸਰੋਤ ਭੇਂਟਾ ਰਹੀ ਹੈ ਮਹਾਮਾਰੀ ਦੇ ਕਾਰਨ ਸਰਦਾਲੂਆਂ ਤੋਂ ਭੇਟਾ ਕੱਟੀ ਹੈ ਸਹਾਇਤਾ ਪ੍ਰਾਪਤ ਅਸਾਮੀਆਂ ਦੇ ਵਿਰੁੱਧ ਸਰਕਾਰ 20% ਕੱਟ ਗ੍ਰਾਂਟ ਪ੍ਰਦਾਨ ਕਰ ਰਹੀ ਹੈ ਜਿਸ ਨਾਲ ਬੋਝ ਹੋਰ ਵੱਧ ਗਿਆ ਹੈ ਫਿਰ ਵੀ ਸ਼੍ਰੋਮਣੀ ਕਮੇਟੀ ਅਧਿਆਪਕਾਂ ਨੇ ਬਕਾਇਆ ਅਦਾ ਕਰਨ ਲਈ ਵਚਨਬੱਧ ਹੈ ਹਾਲਾਂਕਿ ਦੇਰੀ ਹੋ ਸਕਦੀ ਹੈ ਬੇਸ਼ੱਕ ਤਨਖਾਹਾਂ ਵਿੱਚ ਲੇਟ ਰਲਤੀਫੀ ਦਾ ਪੂਰਾ ਤੋੜਾ ਪੰਜਾਬ ਸਰਕਾਰ ਸਿਰ ਝਾੜ ਐਸਜੀਪੀਸੀ ਖੁਦ ਸੁਰੱਖਰੂ ਹੋਣਾ ਚਾਹੁੰਦੀ ਹੈ ਪਰ ਜਦੋਂ ਇਹਨਾਂ ਵਿਦਿਕ ਅਦਾਰਿਆਂ 'ਚ تعلیم ਦਾ ਕ੍ਰੈਡਿਟ ਉਹ ਖੁਦ ਲੈਂਦੀ ਹੈ ਤਾਂ ਫਿਰ ਜ਼ਿੰਮੇਵਾਰੀ ਤੋਂ ਕਿਵੇਂ ਭੱਜ ਸਕਦੀ ਹੈ ਤਾਂ ਇਸ ਦਰਮਿਆਨ ਇੱਕ ਵੱਡਾ ਸਵਾਲ ਇਹ ਵੀ ਉੱਠ ਖੜਾ ਹੁੰਦਾ ਹੈ ਕਿ ਡੀਐਸਜੀਐਮਸੀ ਅਧੀਨ ਚੱਲਦੇ ਵਿਦਿਕ ਅਦਾਰਿਆਂ ਵਿੱਚ ਵਿੱਤੀ ਬੇਨੇਮੀਆਂ ਦੇ ਇਲਜ਼ਾਮ ਲੱਗਦੇ ਰਹੇ ਹਨ ਕਿ ਕਿਸ ਤਰ੍ਹਾਂ ਇਹਨਾਂ ਅਦਾਰਿਆਂ ਦੀ ਸਾਖ ਰੋਲੀ ਗਈ ਕਿਸ ਇਸ ਤਰ੍ਹਾਂ ਸਿੱਖਿਆਦੰਮਯਾਰ ਹੀਠਾਂ ਲਿਆਂਦਾ ਗਿਆ ਸਕੂਲਾਂ ਦੇ ਸਟਾਫ ਨੂੰ ਤਨਖਾਹਾਂ ਦੇ ਲਈ ਧਰਨੇ ਮਾਰਨੇ ਪੈ ਕੁਝ ਉਹੋ ਜਿਹੀ ਹੀ ਤਸਵੀਰ ਹੁਣ ਪੰਜਾਬ ਵਿੱਚ ਵੀ ਉੱਭਰ ਕੇ ਸਾਹਮਣੇ ਆ ਰਹੀ ਹੈ ਐਸਜੀਪੀਸੀ ਅਧੀਨ ਚੱਲਦੇ ਵਿਦਿਕ ਆਧਾਰਿਆਂ ਦੇ ਸਟਾਫ ਨੂੰ ਕੀ ਤਨਖਾਹਾਂ ਲਈ ਹੁਣ ਧਰਨੇ ਪਾਰਨੇ ਪੈਣਗੇ ਇਹ ਇੱਕ ਵੱਡਾ ਸਵਾਲ ਹੈ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਸਟਾਫ ਨੂੰ ਵੀ ਤਨਖਾਹਾਂ ਨਾ ਦਿੱਤੇ ਜਾਣ ਦਾ ਮਾਮਲਾ ਪਿਛਲੇ ਸਾਲ ਸੁਰੱਖਿਅਤਾਂ ਵਿੱਚ ਆਇਆ ਸੀ ਸਟਾਫ ਵੱਲੋਂ ਤਨਖਾਹਾਂ ਲਈ ਧਰਨੇ ਮਾਰੇ ਗਏ ਸਨ ਕੁਝ ਇਹੋ ਜਿਹੀ ਹੀ ਤਸਵੀਰ ਹੁਣਾ ਐਸਜੀਪੀਸੀ ਅਧੀਨ ਚੱਲਦੇ ਸਕੂਲਾਂ ਵਿੱਚ ਵੀ ਵੇਖ ਨੂੰ ਮਿਲ ਰਹੀ ਹੈ ਤਾਂ ਆਪਣੇ ਆਪ ਵਿੱਚ ਵੱਡਾ ਸਵਾਲ ਹੈ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ